ਪਿਆਰ ਸਤਿਕਾਰ ਵਾਲੇ ਦੋ ਮਸੰਦ ਸਿੱਖ ਭਾਈ ਗੁਲਾਬਾ ਭਾਈ ਪੰਜਾਬਾ, ਉਹਨਾਂ ਦਾ ਇਹ ਬਾਗ ਸੀ ਜਿੱਥੇ ਸੱਚੇ ਪਾਤਸ਼ਾਹ ਨੇ ਆਰਾਮ ਕੀਤਾ। ਇਹ ਚੁਬਾਰਾ ਸਾਹਿਬ ਜੋ ਸਥਾਨ ਹੈ ਗੁਰੂ ਸਵਾਰਿਓ ਜਿਸ ਦੇ ਆਪਾਂ ਦਰਸ਼ਨ ਕਰਦੇ ਹਾਂ, ਚੁਬਾਰਾ ਸਾਹਿਬ ਉਹਨਾਂ ਦਾ ਇਹ ਘਰ ਹੈ। ਭਾਈ ਗੁਲਾਬੇ ਭਾਈ ਪੰਜਾਬੇ ਦੇ ਘਰ ਬੈਠ ਕੇ ਹੀ ਕਲਗੀਧਰ ਪਾਤਸ਼ਾਹ ਨੇ ਮਾਤਾ ਹਰਦਈ ਜੀ ਨੂੰ ਯਾਦ ਕੀਤਾ ਹੈ। ਭਾਈ ਨਿਹਾਲੇ ਖੱਤਰੀ ਦੀ ਮਾਂ ਜੋ ਹਰ ਸਮੇਂ ਗੁਰੂ ਗੁਰੂ ਯਾਦ ਕਰਦੀ ਰਹਿੰਦੀ ਸੀ। ਨੀਲੇ ਰੰਗ ਵਿੱਚ ਰੰਗਿਆ ਗਿਆ, ਜਿਸ ਮੱਟ ਵਿੱਚ ਰੰਗਿਆ ਗਿਆ ਉਸ ਮੱਟ ਦਾ ਦਰਸ਼ਨ ਅੱਜ ਵੀ ਆਪਾਂ ਨੂੰ ਚੁਬਾਰਾ ਸਾਹਿਬ ਵਿਖੇ ਹੋ ਰਿਹਾ ਹੈ, ਜਿਸ ਮੱਟ ਦੇ ਦਰਸ਼ਨ ਆਪ ਜੀ ਕਰ ਰਹੇ ਹੋ। ਮਛੇੜਾ ਸਾਹਿਬ ਵਿਖੇ ਜੰਡ ਸਾਹਿਬ ਵਿਖੇ ਵਿਸ਼ਰਾਮ ਕਰਨ ਤੋਂ ਉਪਰੰਤ ਇੱਥੇ ਸਿੰਘਾਂ ਨੂੰ ਮਿਲਣ ਉਪਰੰਤ ਗੁਰੂ ਸਾਹਿਬ ਮਾਛੀਵਾੜਾ ਸ਼ਹਿਰ ਜੋ ਛੋਟਾ ਜਿਹਾ ਕਸਬਾ ਸੀ ਉੱਥੇ ਇੱਕ ਗੁਰਦੁਆਰਾ ਚੁਬਾਰਾ ਸਾਹਿਬ ਸੁਸ਼ੋਭਿਤ ਹੈ, ਜਿੱਥੇ ਮਾਤਾ ਹਰਦੀਪ ਜੀ ਦਾ ਇਤਿਹਾਸ ਉਹਨਾਂ ਨਾਲ ਸੰਬੰਧਿਤ ਹੈ। ਆਓ ਵਰ ਇਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਗੁਰਦੁਆਰਾ ਚੁਬਾਰਾ ਸਾਹਿਬ ਦਾ ਕੀ ਇਤਿਹਾਸ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਮਾਛੀਵਾੜਾ ਸਾਹਿਬ ਦੀ ਧਰਤੀ 'ਤੇ ਜਦੋਂ ਚਰਨ ਪਾਏ, ਜਿਸ ਜੰਡ ਸਾਹਿਬ ਦੇ ਹੇਠਾਂ ਸੱਚੇ ਪਾਤਸ਼ਾਹ ਨੇ ਆਰਾਮ ਕੀਤਾ, ਇਸ ਦੇ ਨਾਲ ਜੋ ਖੂਹ ਸਾਹਿਬ ਹੈ, ਇਹ ਖੂਹ ਪਿਆਰ ਸਤਿਕਾਰ ਵਾਲੇ ਦੋ ਮਸੰਦ ਸਿੱਖ ਭਾਈ ਗੁਲਾਬਾ ਭਾਈ ਪੰਜਾਬਾ, ਉਹਨਾਂ ਦਾ ਇਹ ਬਾਗ ਸੀ ਜਿੱਥੇ ਸੱਚੇ ਪਾਤਸ਼ਾਹ ਨੇ ਆਰਾਮ ਕੀਤਾ। ਜਦੋਂ ਉਹਨਾਂ ਨੂੰ ਭਾਵਨਾ ਨਾਲ ਪਤਾ ਲੱਗਿਆ ਤਾਂ ਉਹ ਆ ਕੇ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਕੇ ਆਪਣੇ ਘਰ ਸਤਿਕਾਰ ਨਾਲ ਲੈ ਕੇ ਗਏ ਨੇ। ਇਹ ਚੁਬਾਰਾ ਸਾਹਿਬ ਜੋ ਸਥਾਨ ਹੈ ਗੁਰੂ ਸਵਾਰਿਓ ਜਿਸ ਦੇ ਆਪਾਂ ਦਰਸ਼ਨ ਕਰਦੇ ਹਾਂ, ਚੁਬਾਰਾ ਸਾਹਿਬ ਉਹਨਾਂ ਦਾ ਇਹ ਘਰ ਹੈ। ਉਹ ਗੁਰੂ ਮਹਾਰਾਜ ਸਤਿਗੁਰੂ ਦੀ ਭੈ ਭਾਵਨੀ ਵਿੱਚ ਜੀਵਨ ਬਤੀਤ ਕਰਨ ਵਾਲੇ ਹਨ, ਚੁਬਾਰੇ ਵਿੱਚ ਸਤਿਗੁਰੂ ਦੇ ਚਰਨ ਪਵਾਉਂਦੇ ਹਨ, ਬੜੀ ਸੇਵਾ ਕਰਦੇ ਹਨ ਭਾਵਨਾ ਨਾਲ। ਇੱਥੇ ਫਿਰ ਭਾਈ ਗੁਲਾਬੇ ਭਾਈ ਪੰਜਾਬੇ ਦੇ ਘਰ ਬੈਠ ਕੇ ਹੀ ਕਲਗੀਧਰ ਪਾਤਸ਼ਾਹ ਨੇ ਮਾਤਾ ਹਰਦਈ ਜੀ ਨੂੰ ਯਾਦ ਕੀਤਾ ਹੈ। ਭਾਈ ਨਿਹਾਲੇ ਖੱਤਰੀ ਦੀ ਮਾਂ ਜੋ ਹਰ ਸਮੇਂ ਗੁਰੂ ਗੁਰੂ ਯਾਦ ਕਰਦੀ ਰਹਿੰਦੀ ਸੀ, ਪਵਿੱਤਰ ਆਤਮਾ ਸਨ ਜਿਨ੍ਹਾਂ ਦੀ ਸੁਰਤ ਵਿੱਚ ਗੁਰੂ ਦਾ ਪਿਆਰ ਗੁਰੂ ਦੀ ਪ੍ਰੀਤ ਸੀ। ਸਤਿਗੁਰੂ ਨੇ ਜਦੋਂ ਯਾਦ ਕੀਤਾ, ਭਾਈ ਗੁਲਾਬਾ ਬੁਲਾ ਕੇ ਲੈ ਕੇ ਆਏ ਔਰ ਬਸਤਰ ਉਹਨਾਂ ਨੇ ਆ ਕੇ ਭੇਟ ਕੀਤੇ ਅਤੇ ਆਪਣਾ ਜਨਮ ਜੀਵਨ ਸਫਲਾ ਕੀਤਾ। ਬਹੁਤ ਭਾਵਨਾ ਨਾਲ ਮਾਤਾ ਹਰਦਈ ਨੇ ਜੋ ਬਸਤਰ ਭੇਟ ਕੀਤੇ ਗੁਰੂ ਸਵਾਰਿਓ, ਉੱਚਦਾ ਪੀਰ ਬਣਨ ਵੇਲੇ ਉਹਨਾਂ ਬਸਤਰਾਂ ਨੂੰ ਹੀ ਨੀਲੇ ਰੰਗ ਵਿੱਚ ਰੰਗਿਆ ਗਿਆ, ਜਿਸ ਮੱਟ ਵਿੱਚ ਰੰਗਿਆ ਗਿਆ ਉਸ ਮੱਟ ਦਾ ਦਰਸ਼ਨ ਅੱਜ ਵੀ ਆਪਾਂ ਨੂੰ ਚੁਬਾਰਾ ਸਾਹਿਬ ਵਿਖੇ ਹੋ ਰਿਹਾ ਹੈ, ਜਿਸ ਮੱਟ ਦੇ ਦਰਸ਼ਨ ਆਪ ਜੀ ਕਰ ਰਹੇ ਹੋ। ਚੁਬਾਰਾ ਸਾਹਿਬ ਇਹ ਘਰ ਹੈ ਭਾਈ ਗੁਲਾਬੇ ਭਾਈ ਪੰਜਾਬੇ ਦਾ, ਜਿਨ੍ਹਾਂ ਨੇ ਸੇਵਾ ਕਰਕੇ ਗੁਰੂ ਘਰ ਦੀ ਕਲਗੀਧਰ ਪਾਤਸ਼ਾਹ ਦੀ ਸੇਵਾ ਕਰਕੇ ਜਨਮ ਅਤੇ ਜੀਵਨ ਸਫਲਾ ਕੀਤਾ, ਆਪਾਂ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕੀਤਾ ਔਰ ਦ੍ਰਿੜਤਾ ਨਾਲ ਸੇਵਾ ਕਰਕੇ ਜੋ ਸੁੱਖ ਗੁਰ ਜੋ ਸੁੱਖ ਸੇਵਾ ਦੇ ਵਿੱਚੋਂ ਮਾਣਿਆ ਹੈ, ਸੋ ਸੁੱਖ ਰਾਜ ਨਾ ਲਈਏ। ਜੋ ਸੁੱਖ ਗੁਰ ਗੋਬਿੰਦ ਕੀ ਸੇਵਾ, ਸੋ ਸੁੱਖ ਰਾਜ ਨਾ ਲਈਏ। ਰਾਜ ਭਾਗ ਦਾ ਉਹ ਸੁੱਖ ਨਹੀਂ ਜੋ ਸੇਵਾ ਕਰਨ ਵਿੱਚੋਂ ਸੁੱਖ ਪ੍ਰਾਪਤ ਹੁੰਦਾ ਹੈ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ ਤਹਾਂ ਬੈਕੁੰਠ ਜੈ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਹੇ। ਸਤਿਗੁਰੂ ਨੇ ਚੁਬਾਰਾ ਸਾਹਿਬ ਨੂੰ ਭਾਗ ਲਾਏ ਇਸ
ਪਵਿੱਤਰ ਪਾਵਨ ਧਰਤੀ ਮਾਛੀਵਾੜਾ ਸਾਹਿਬ ਹਾਜ਼ਰੀਆਂ ਭਰ ਕੇ ਆਪ ਸੰਗਤਾਂ ਲਾਹੇ ਪ੍ਰਾਪਤ ਕਰਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।